ਜਿੰਨੀਆਂ ਜਥੇਬੰਦੀਆਂ ਸਾਰੀਆਂ ਸਹੁੰ ਖਾਣ ਦੀ ਤੱਕ ਤਾਂ ਨੌਬਤ ਨਹੀਂ ਆਉਣੀ ਚਾਹੀਦੀ। ਜੋ ਬਾਅਦ ਵਿੱਚ ਉਹਨਾਂ ਦੀ ਨਹੀਂ ਤਸੱਲੀ ਹੁੰਦੀ ਤੇ ਹੋ ਸਕਦਾ ਅਸੀਂ ਉੱਥੋਂ ਹੀ ਦਰਬਾਰ ਸਾਹਿਬ ਜਾਣ ਨੂੰ ਤਿਆਰ ਹਾਂ। ਰਾਜੇਵਾਲ ਸਾਹਿਬ ਤੇ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਉਹਨਾਂ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਢੱਲੇਵਾਲ ਸਾਹਿਬ ਨੂੰ ਵੀ ਬੇਨਤੀ ਖੁਦ ਕੀਤੀ ਫੋਨ ਤੇ ਵੀ ਆਪਾਂ ਕਿਸੇ ਦਿਨ ਆਲਮਗੀਰ ਸਾਹਿਬ ਮੀਟਿੰਗ ਰੱਖ ਲੈਂਦੇ ਹਾਂ। ਜਿਹੜਾ ਇਸ ਸਕੀਮ ਦਾ ਸੌਂਡ ਆ ਉਹ ਵੀ ਕਿਸੇ ਜ਼ਿੰਮੇਵਾਰ ਆਗੂ ਕੋ ਪਿਆ। ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਡੇ ਸੀਨੀਅਰ ਕਿਸਾਨ ਆਗੂ ਹੈ। ਪਹਿਲੀ ਤਾਂ ਗੱਲ ਉਹਨਾਂ ਵੱਲੋਂ ਇਹ ਦੋਸ਼ ਮੀਡੀਆ 'ਚ ਜਾ ਕੇ ਲਾਉਣਾ, ਸੰਯੁਕਤ ਕਿਸਾਨ ਮੋਰਚੇ ਦਾ ਜਿੰਨਾ ਫੰਡ ਆ ਉਹ ਸਾਰੇ ਮੀਡੀਆ ਨੂੰ ਵੀ ਪਤਾ, ਪੰਜਾਬ ਦਾ ਮੀਡੀਆ ਵੀ ਨਾਲ ਸੰਘਰਸ਼ ਕਰਦਾ ਰਿਹਾ ਦਿੱਲੀ ਦੇ ਮੈਦਾਨ 'ਤੇ। ਜਿੰਨਾ ਉਹਦਾ ਬਚਤ ਦਾ ਪੈਸਾ ਆ ਉਹ ਸੇਫ ਹੱਥਾਂ 'ਚ ਪਿਆ, ਕਿਸੇ ਜਥੇਬੰਦੀ ਨੇ ਉਹਦੇ 'ਚ ਕੋਈ ਹੇਰਾਫੇਰੀ ਨਹੀਂ ਕੀਤੀ। ਰਾਜੇਵਾਲ ਸਾਹਿਬ ਤੇ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਉਹਨਾਂ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਅਸੀਂ ਹੁਣ ਵੀ ਖੁੱਲ੍ਹਾ ਸੱਦਾ ਦਿੱਤਾ, ਇੱਕ ਦਿਨ ਮੇਰੀ ਢੱਲੇਵਾਲ ਸਾਹਿਬ ਨਾਲ ਵੀ ਸਾਡੀ ਸਾਰੇ ਸਾਥੀਆਂ ਦੀ ਗੱਲ ਹੋਈ ਹੈ ਵੀ ਆਪਾਂ 32 ਕਿਸਾਨ ਜਥੇਬੰਦੀਆਂ ਸਮੂਹਿਕ ਰੂਪ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਉਹ ਕਿਸੇ ਦਿਨ ਸਾਂਝੀ ਮੀਟਿੰਗ ਕਰੀਏ। ਆਡਿਟ ਕਮੇਟੀ ਸਾਡੀ ਬਣੀ ਹੋਈ ਹੈ, ਜਿੰਨਾ ਪੈਸਾ ਆਇਆ, ਜਿੰਨਾ ਖਰਚ ਹੋਇਆ, ਜਿੰਨਾ ਕਿਸੇ ਕੋਲ ਬਚਤ ਪਈ ਹੈ ਉਹਨੂੰ ਇੱਕ ਨਤਾਰ ਕੇ ਜਿਹੜੀ ਇੱਕ ਰਿਪੋਰਟ ਆ ਫਾਈਨਲ ਕਰਕੇ ਪੇਸ਼ ਕਰੀਏ। ਜਿਹੜੇ ਲੋਕਾਂ 'ਚ ਭੁਲੇਖੇ ਪੈਦਾ ਹੁੰਦੇ ਇਹਦੇ ਨਾਲ ਦਾਨੀ ਸੱਜਣਾਂ ਦੇ ਮਨ ਨੂੰ ਹਾਂਜੀ ਹਾਂਜੀ ਇਹ ਸਵਾਲ ਮੈਂ ਕਰੋ ਨਹੀਂ 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 ਹਾਂਜੀ ਠੀਕ ਹੈ ਜੀ। ਜਿੰਨੀਆਂ ਜਥੇਬੰਦੀਆਂ ਸਾਰੀਆਂ ਸਹੁੰ ਖਾਣ ਦੀ ਤੱਕ ਤਾਂ ਨੌਬਤ ਨਹੀਂ ਆਉਣੀ ਚਾਹੀਦੀ। ਸਾਰੀਆਂ ਜਥੇਬੰਦੀਆਂ ਦੇ ਜ਼ਿੰਮੇਵਾਰ ਆਗੂ ਆ ਜਿਹੜੇ ਆਪੋ ਆਪਣੇ ਇਲਾਕਿਆਂ ਦੀ ਨੁਮਾਇੰਦਗੀ ਕਰਦੇ ਆ। ਹਰ ਜਥੇਬੰਦੀ ਦੇ ਆਗੂਆਂ ਨੂੰ ਅਸੀਂ ਸਾਰਿਆਂ ਬਾਰੇ ਦਾਅਵੇ ਨਾਲ ਕਹਿ ਸਕਦੇ ਹਾਂ, ਬਹੁਤਿਆਂ ਜਥੇਬੰਦੀਆਂ ਦੇ ਆਗੂਆਂ ਬਾਰੇ ਹਰ ਜਥੇਬੰਦੀ। ਸਾਡੀ ਬੇਨਤੀ ਆ ਰਾਜੇਵਾਲ ਸਾਹਿਬ ਨੂੰ ਪਹਿਲਾਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ, ਹੁਣ ਢੱਲੇਵਾਲ ਸਾਹਿਬ ਨੂੰ ਵੀ ਬੇਨਤੀ ਖੁਦ ਕੀਤੀ ਫੋਨ 'ਤੇ ਵੀ ਆਪਾਂ ਕਿਸੇ ਦਿਨ ਆਲਮਗੀਰ ਸਾਹਿਬ ਮੀਟਿੰਗ ਰੱਖ ਲੈਂਦੇ ਹਾਂ। ਆਲਮਗੀਰ ਸਾਹਿਬ ਮੀਟਿੰਗ ਦੇ ਵਿੱਚ ਆਪਾਂ ਸਾਰਾ ਕੱਚਾ ਚਿੱਠਾ ਲੈ ਕੇ, ਜੇ ਉਹ ਬਾਅਦ ਵਿੱਚ ਉਹਨਾਂ ਦੀ ਨਹੀਂ ਤਸੱਲੀ ਹੁੰਦੀ ਤਾਂ ਹੋ ਸਕਦਾ ਅਸੀਂ ਉੱਥੋਂ ਹੀ ਦਰਬਾਰ ਸਾਹਿਬ ਜਾਣ ਨੂੰ ਤਿਆਰ ਹਾਂ। ਅਜਿਹੀ ਬਿਆਨਬਾਜ਼ੀ ਕਿਸਾਨ ਦੇਖੋ ਰਮਨ ਜੀ, ਆਪਾਂ ਕਿਸੇ 'ਤੇ ਦੋਸ਼ ਤਾਂ ਲਾ ਸਕਦੇ, ਜਦੋਂ ਜੇ ਤਾਂ ਦੋਸ਼ ਸਾਬਤ ਹੋ ਜਾਂਦਾ ਫਿਰ ਦੋਸ਼ ਗਿਣਿਆ ਜਾਂਦਾ। ਜੇ ਆਪਾਂ ਮੂੰਹ ਜਵਾਨੀ ਤਾਂ ਢੱਲੇਵਾਲ ਸਾਹਿਬ ਪਹਿਲਾਂ ਸਾਡੇ 'ਤੇ ਦੋਸ਼ ਲਾਉਂਦੇ ਰਹੇ। ਢੱਲੇਵਾਲ ਸਾਹਿਬ ਨੂੰ ਸਾਰੀਆਂ ਜਥੇਬੰਦੀਆਂ ਇਕੱਠੀਆਂ ਰਹੀਆਂ ਜਿੰਨਾ ਚਿਰ ਦਿੱਲੀ ਇਕੱਠੇ ਰਹੇ ਹਾਂ, ਕਿਸੇ ਆਗੂ ਨੇ ਕੋਈ ਨੁਕਤਾਚੀਨੀ ਨਹੀਂ ਕੀਤੀ। ਹੁਣ ਹਰ ਇੱਕ ਆਗੂ ਮਤਲਬ ਜਿਹੜੇ ਉਹਨਾਂ ਦੀ ਬਿਆਨਬਾਜ਼ੀ ਉਹ ਦੁੱਖਦਾਇਕ ਹੈ, ਨਹੀਂ ਕਰਨੀ ਚਾਹੀਦੀ ਆਪਣੀਆਂ ਸਾਥੀ ਕਿਸਾਨ ਜਥੇਬੰਦੀਆਂ ਬਾਰੇ। ਹਾਂਜੀ ਜਿੰਨਾ ਤਾਂ ਸਾਨੂੰ ਪਤਾ, ਅਸੀਂ ਤਾਂ ਦਾਅਵੇ ਨਾਲ ਕਹਿ ਸਕਦੇ ਸਾਰੇ ਆਗੂ ਕੋਈ ਆਗੂ ਆਪਣੀ ਜੇਬ 'ਚੋਂ ਕਿੰਨੇ ਲਾ ਕੇ ਆਇਆ। ਹਰ ਜਥੇਬੰਦੀਆਂ ਦੇ ਹਰ ਆਗੂ ਨੇ ਆਪਣੇ ਖਰਚੇ ਕੋਲੋਂ ਕੀਤੇ ਆ। ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਬਚਤ ਵਾਲਾ ਫੰਡ ਆ ਉਹ ਬਚਿਆ ਪਿਆ, ਉਹ ਸੇਫ ਆ ਜਿੰਨਾ ਸਾਨੂੰ ਪਤਾ। ਆਡਿਟ ਕਮੇਟੀ ਇਹ 'ਤੇ ਬਣੀ ਹੋਈ ਆ, ਅਸੀਂ ਤਾਂ ਇੱਥੋਂ ਤੱਕ ਵੀ ਪੇਸ਼ਕਸ਼ ਕਰ ਦਿੱਤੀ ਵੀ ਆਪਾਂ ਕਿਸਾਨ ਆਗੂਆਂ ਤੋਂ ਬਿਨਾਂ ਇੱਕ ਆਡਿਟ ਵਾਲੀ ਕਿਸੇ ਫਰਮ ਤੋਂ, ਜ਼ਿੰਮੇਵਾਰ ਫਰਮ ਤੋਂ ਉਹਦਾ ਆਡਿਟ ਕਰਾ ਲਈਏ, ਉਹਨੂੰ ਬਣਦੀ ਉਹਦੀ। ਹਾਂਜੀ ਨਹੀਂ ਅਸੀਂ ਅੱਜ ਵੀ ਪਹਿਲਾਂ ਰਮਨ ਜੀ ਸਾਡੀ ਮੀਟਿੰਗ ਹੋਈ ਹੈ, ਅੱਜ ਤਾਂ ਸਿਰਫ ਪੰਜਾਬ ਦੇ ਵਿੱਚ ਹੜ੍ਹ ਆਏ ਕਰਕੇ ਅਸੀਂ ਉਹ ਵਿਸ਼ੇ ਨੂੰ ਨਹੀਂ, ਲੁਧਿਆਣਾ ਪਿਛਲੀ ਮੀਟਿੰਗ 'ਚ ਏਜੰਡਾ। ਹਾਂਜੀ ਠੀਕ ਹੈ ਜੀ ਜੇ ਰਾਜੇਵਾਲ ਸਾਹਿਬ ਨਾਂ ਲੈਣਾ ਚਾਹੁੰਦੇ, ਜੇ ਉਹਨਾਂ ਕੋਲ ਤੱਥਾਂ 'ਤੇ ਕੋਈ ਪਰੂਫ ਆ ਨਾਂ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ। ਜੇ ਉਹਨਾਂ ਕੋਈ ਤੱਥ 'ਤੇ ਪਰੂਫ ਨੇ, ਰਾਜੇਵਾਲ ਸਾਹਿਬ ਜਦੋਂ ਮਰਜ਼ੀ ਐਨੀ ਟਾਈਮ ਨਾਂ ਲੈ ਸਕਦੇ ਆ। ਜੇ ਉਹਨਾਂ ਕੋਈ ਤੱਥ ਨੇ ਪਰੂਫ ਨੇ ਕਿਸੇ ਆਗੂ ਬਾਰੇ, ਅਸੀਂ ਉਹਨਾਂ ਨੂੰ ਰੋਕਦੇ ਨਹੀਂ।
ਲੇਕਿਨ ਵਿੱਚ ਬੈਠ ਕੇ ਇੱਕ ਵਾਰੀ ਆਪਾਂ ਸਾਬਤ ਕਰ ਲਈਏ ਇਵੇਂ ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀ ਕਿਰਦਾਰ ਕੁਸ਼ੀ ਕਰਨ ਦਾ ਫਾਇਦਾ ਕੋਈ ਨਹੀਂ। ਸਾਰੇ ਜ਼ਿੰਮੇਵਾਰ ਆਗੂ ਹੈ, ਸਾਰੀਆਂ ਜਥੇਬੰਦੀਆਂ ਨੇ ਰਲ ਕੇ ਸੰਘਰਸ਼ ਲੜਿਆ। ਜੇ ਕਿਸੇ ਆਗੂ 'ਤੇ ਸਾਬਤ ਹੋ ਜਾਣਗੇ, ਸੰਯੁਕਤ ਕਿਸਾਨ ਮੋਰਚਾ ਉਹਦੀ ਬਿਲਕੁਲ ਹਮਾਇਤ ਨਹੀਂ ਕਰੂਗਾ, ਅਸੀਂ ਰਾਜੇਵਾਲ ਸਾਹਿਬ ਦੇ ਨਾਲ ਖੜਾਂਗੇ ਜੀ। ਪਹਿਲਾਂ ਸਾਬਤ ਕਰਨਾ ਪਏਗਾ, ਇਵੇਂ ਮੂੰਹ ਜਵਾਨੀ ਦੋਸ਼ ਲਾ ਦੇਣੇ। ਜਿੰਨਾ ਚਿਰ ਤਾਂ ਰਾਜੇਵਾਲ ਸਾਹਿਬ ਨਾਲ ਜਥੇਬੰਦੀਆਂ ਉਹ ਅਟੈਚ ਸੀ, ਉਹਨਾਂ ਚਿਰ ਤਾਂ ਡੱਲੇਵਾਲ ਸਾਹਿਬ ਵੀ ਖੁਸ਼ ਸੀ, ਲੇਕਿਨ ਉਸ ਤੋਂ ਬਾਅਦ ਅੰਦੋਲਨ ਤੋਂ ਬਾਅਦ ਆ ਕੇ ਇੱਕ ਦੂਜੇ 'ਤੇ ਦੋਸ਼ ਲਾਉਣੇ, ਉਹ ਚੰਗੀ ਗੱਲ। ਮੇਰਾ ਖਿਆਲ ਹੈ ਵੀ ਇੱਕ ਸਾਲ ਆਪਾਂ ਅੰਦੋਲਨ ਚੱਲਿਆ ਤੇ ਅੱਠਵੇਂ ਦਿਨ ਚੌਥੇ ਦਿਨ ਸਾਡੀ ਮੀਟਿੰਗ ਹੁੰਦੀ, ਆਪਾਂ ਨੂੰ ਕਲੀਅਰ ਤਾਂ ਕਰ ਕਿਵੇਂ ਖਰਚੇ ਹੁੰਦੇ ਨੇ ਜਿਹੜੇ ਲੀਡਰਾਂ ਨੇ, ਚਾਹੇ ਟਲਿਆ ਨੇ ਕੁਮਾਰ ਗੋਸਲਾ ਨੇ, ਜਥੇਬੰਦੀਆਂ ਦੀ ਮੀਟਿੰਗ ਰੱਖੀ ਹੈ, ਸਰਜੀਤ ਨੇ ਲਾਏ ਨੇ, ਚਾਹੇ ਹੋਰ ਕਿਸੇ ਨੇ ਲਾਏ ਨੇ, ਚਾਹੇ ਸਾਡਾ ਸਿੰਘਾਂ ਦਾ ਆਗੂ ਹੈ ਰਾਜਿਆ ਲਾ ਰਿਹਾ, ਆਪਾਂ ਤਾਂ ਕਹਿੰਦੇ ਵੀ ਸਾਬਤ ਹੋ ਗਿਆ। ਪਰ ਉਸ ਮੀਟਿੰਗ 'ਚ ਕਿਉਂ ਨਹੀਂ ਕਿਹਾ ਵੀ ਖਰਚਾ ਕਿਹੜੇ ਮੀਟਿੰਗ ਦਾ ਹੁੰਦਾ? ਸਾਡੇ ਕੋਲ 7 ਕਰੋੜ ਰੁਪਇਆ ਰੱਖਾ ਹੋਇਆ, ਮੈਂ ਇਸ ਗੱਲ ਦਾ ਸਾਰੀ ਜ਼ਿੰਦਗੀ ਲੜਨ ਤੇ ਲਾਈ ਹੋਈ ਹੈ, ਕਿਵੇਂ ਪੈਸੇ ਨੂੰ ਵੱਧ ਖਰਚ ਕਰਨ ਦੇ ਦਾਂਗੇ? ਪਹਿਲਾਂ ਸਾਡਾ ਖਰਚਾ ਜ਼ਿਆਦਾ ਹੋਇਆ, ਸਾਨੂੰ ਕੋਈ ਸਪੀਕਰ ਨਹੀਂ ਦਿੰਦਾ ਸੀ, ਸਾਨੂੰ ਕੋਈ ਲੈਕ ਨਹੀਂ ਦਿੰਦਾ ਸੀ, ਸਾਨੂੰ ਕੋਈ ਛਾਇਆ ਮਾਨ ਨਹੀਂ ਦਿੰਦਾ ਸੀ, ਫਿਰ ਬਾਅਦ 'ਚ ਖਰਚੇ ਨੂੰ ਬਹੁਤ ਕਰਕੇ ਦਵਾ ਚਲਾਇਆ। ਸਰਦਾਰ ਰੋਂਦੂ ਸਿੰਘ ਜੀ, ਜਿਹੜੀ ਅੱਜ ਦੀ ਰਮਨ ਜੀ ਸਾਡੀ ਰਿਕੁਐਸਟ ਆ ਕਿ ਜਿਹੜਾ ਅੱਜ ਦਾ ਸਾਡਾ ਫੋਕਸ ਆ, ਜਿਹੜਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ, ਅਸੀਂ ਸਪੈਸ਼ਲ ਮੀਟਿੰਗ ਰੱਖ ਲਈ ਹੈ ਫੰਡਾਂ ਬਾਰੇ, ਫੰਡਾਂ ਦੇ ਲੇਖੇ ਜੋਖੇ ਦੀ, ਇਸ ਤੋਂ ਅਗਲੀ ਮੀਟਿੰਗ ਰੱਖ ਲਈ। ਜਿਹੜੀ ਅੱਜ ਦੀ ਮੀਟਿੰਗ ਹੈ ਇਕੱਲੀ ਹੜ੍ਹਾਂ ਦੇ ਉੱਤੇ ਫੋਕਸ ਕੀਤੀ ਹੈ ਵੀ ਹੜ੍ਹਾਂ ਦੇ ਵਿੱਚ ਪੰਜਾਬ ਫਸਿਆ ਆ। ਮੀਟਿੰਗ ਕਰ ਰਹੇ ਹਾਂ ਰਾਜੇਵਾਲ ਸਾਹਿਬ ਨੂੰ, ਅਸੀਂ ਬੇਨਤੀ ਕੀਤੀ ਵੀ ਆਪਾਂ ਬੱਤੀਆਂ ਦੀ ਮੀਟਿੰਗ ਕਰਦੇ ਹਾਂ, ਡੱਲੇਵਾਲ ਸਾਹਿਬ ਨੂੰ ਵੀ ਕੀਤੀ ਵੀ ਬੱਤੀਆਂ ਦੀ ਮੀਟਿੰਗ ਕਰ ਲਈਏ, ਉਹਦੇ ਵਿੱਚ ਆਪਾਂ ਸਾਰਾ ਹੀ ਫਾਈਨਲ ਕਰ ਦਾਂਗੇ, ਜਿੱਥੇ ਕਿਤੇ ਕਿਸੇ ਵੱਲ ਵਾਧਾ ਘਾਟਾ ਜੋ ਕੁਛ ਹੈਗਾ, ਇੰਨਾ ਕੁ ਸਾਨੂੰ ਪਤਾ ਲੱਗਾ ਕੁਛ ਆਗੂਆਂ ਤੋਂ, ਜਿਹੜਾ ਇਸ ਸਕੀਮ ਦਾ ਸੌਂਡ ਆ ਉਹ ਵੀ ਕਿਸੇ ਜ਼ਿੰਮੇਵਾਰ ਆਗੂ ਕੋ ਪਿਆ, ਜਿਹੜਾ ਸਟੇਜ ਦਾ ਉਹ ਵੀ ਪਿਆ, ਉਹ ਗਵਨ ਨਹੀਂ ਕਿਤੇ, ਲੇਕਿਨ ਉਹਨੂੰ ਕਲੀਅਰ ਜਿੰਨਾ ਚਿਰ ਨਹੀਂ ਕਰਦੇ, ਲੇਕਿਨ ਉਹਨੂੰ ਬਿਆਨ ਕਰਨ ਦੇ ਵਿੱਚ ਉਹ ਗੱਲ ਹੋਰ ਤਰ੍ਹਾਂ ਦੀ ਬਣ ਜਾਂਦੀ ਹੈ। ਰਾਜੇਵਾਲ ਸਾਹਿਬ ਸੀਨੀਅਰ ਕਿਸਾਨ ਆਗੂ ਆ, ਸਾਡੇ ਸਾਰਿਆਂ ਤੋਂ ਸੀਨੀਅਰ ਆ, ਅਸੀਂ ਉਹਨਾਂ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਜਿਹੜੇ ਕੋਈ ਗਿਲੇ ਸ਼ਿਕਵੇ ਹੈ ਉਹ ਅਸੀਂ ਆਪਸੀ ਜਿਹੜੇ ਬੈਠ ਕੇ ਉਹ ਮੀਟਿੰਗ ਦੇ ਵਿੱਚ ਤੈਅ ਕਰਾਂਗੇ, ਔਰ ਸਾਰੇ ਜਿਹੜੀਆਂ ਜਥੇਬੰਦੀਆਂ ਸਮੂਹਿਕ ਰੂਪ ਦੇ ਵਿੱਚ ਦੁਆਰਾ ਤੁਹਾਨੂੰ ਫਿਰ ਇਕੱਠਾ ਸੰਘਰਸ਼ ਸਾਰੀਆਂ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚੇ ਦੇ ਗੁਲਦਸਤੇ 'ਚ ਜਲਦੀ ਦੇਖਣ ਨੂੰ ਮਿਲੇਗਾ। ਦੇਖੋ ਰਮਨ ਜੀ ਤੁਸੀਂ ਸਾਡੇ ਕੋਲ ਆਪਣਾ ਕਜਾਰੀਆ ਟੈਲ 'ਚ ਵੀ ਰਹੇ ਹੋ, ਵਿਗਿਆਨ ਭਵਨ ਦੀਆਂ ਮੀਟਿੰਗਾਂ 'ਚ ਵੀ ਤੁਸੀਂ ਰਹੇ ਹੋ, ਔਰ ਤੁਸੀਂ ਕਵਰੇਜ ਕੀਤੀ ਆ ਸਾਰੀਆਂ ਮੀਟਿੰਗਾਂ ਦੀ, ਤੁਹਾਨੂੰ ਨੌਲੇਜ ਆ, ਅਸੀਂ ਤੁਹਾਨੂੰ ਦਿੰਦੇ ਰਹੇ ਹਾਂ। ਔਰ ਦੇਖੋ ਗੱਲ ਇਹ ਆ ਵੀ ਅੱਜ ਜੋ ਸਾਡਾ ਏਜੰਡਾ ਸੀਗਾ ਉਹ, ਕਿਉਂਕਿ ਪੰਜਾਬ ਦਾ ਮੁੱਖ ਮਸਲਾ ਇਸ ਵਕਤ ਹੜ੍ਹਾਂ ਦਾ, ਔਰ ਉਹਦੇ ਉੱਤੇ ਹੀ ਅਸੀਂ ਅੱਜ ਦੀ ਮੀਟਿੰਗ ਕੀਤੀ ਆ। ਇਹ ਵੀ ਜੇ ਤੁਹਾਡੇ ਮਾਈਂਡ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੈ ਜਾਂ ਮਤਲਬ ਇਸ ਤਰ੍ਹਾਂ ਦੀ ਪੈਦਾ ਕੀਤੀ ਜਾ ਰਹੀ ਆ, ਅਸੀਂ ਬੜੀ ਸਿਨਸੈਰਿਟੀ ਦੇ ਨਾਲ ਇਹ ਆਉਣ ਵਾਲੇ ਸਮੇਂ ਦੇ ਉੱਤੇ ਅਸੀਂ ਉਹਨਾਂ ਆਗੂਆਂ ਨੂੰ ਵੀ ਵਿੱਚ ਬਿਠਾਵਾਂਗੇ, ਔਰ ਉਹਨਾਂ ਨੂੰ ਬਿਠਾ ਕੇ ਇਕੱਲੀ ਇਕੱਲੀ ਗੱਲ ਸਪਸ਼ਟ ਕਰਾਂਗੇ ਇਹਦੇ ਉੱਤੇ। ਇਸੇ ਤਰ੍ਹਾਂ ਜਿਵੇਂ ਅੱਜ ਆਪਾਂ ਇਕੱਠੇ ਹਾਂ, ਇਸ ਇਸ਼ੂ ਦੇ ਉੱਤੇ ਪ੍ਰੈਸ ਕਾਨਫਰੰਸ ਹੋ ਰਹੀ ਆ, ਔਰ ਇਸੇ ਤਰ੍ਹਾਂ ਇਕੱਲੇ ਇੱਕੋ ਹੀ ਇਸ਼ੂ ਦੇ ਉੱਤੇ ਜੋ ਐਸ ਕੇ ਐਮ ਦੇ ਫੰਡ ਨੇ ਇਹਨਾਂ ਦੇ ਉੱਤੇ ਕਰਾਂਗੇ, ਔਰ ਉਹਨਾਂ ਨੂੰ ਨਾਲ ਬਿਠਾ ਕੇ ਕਰਾਂਗੇ, ਔਰ ਇਹਦਾ ਸਪਸ਼ਟ ਤੁਹਾਡੇ ਸਾਹਮਣੇ ਸਪਸ਼ਟੀਕਰਨ ਜਿਹੜਾ ਉਹਨਾਂ ਦੀ ਹਾਜ਼ਰੀ 'ਚ ਹੋ ਜੂਗਾ। ਇਸ ਕਰਕੇ ਇਹ ਕੋਈ ਐਡਾ ਵੱਡਾ ਇਸ਼ੂ ਹੈ ਨਹੀਂ ਗਾ, ਨਹੀਂ ਐਡਾ ਇਸ਼ੂ। ਸੋ ਸਾਰੇ ਮੀਡੀਆ ਦਾ ਧੰਨਵਾਦ।